ਨਿਊਯਾਰਕ ਪੁਲਿਸ ਵਿਭਾਗ ਵਿੱਚ ਪਹਿਲੀ ਦਸਤਾਰਧਾਰੀ ਸਿੱਖ ਕੁੜੀ ਗੁਰਸੋਚ ਕੌਰ ਨੂੰ ਸਹਾਇਕ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ, ਜਿਸ ਨਾਲ ਪੂਰੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਪਿਛਲੇ ਹਫ਼ਤੇ ਨਿਊਯਾਰਕ ਸਿਟੀ ਪੁਲਿਸ ਅਕੈਡਮੀ ਚੋਂ ਗ੍ਰੈਜੂਏਟ ਹੋਣ ਤੋਂ ਬਾਅਦ ਗੁਰਸੋਚ ਕੌਰ ਨੂੰ ਪੁਲਿਸ ਵਿਭਾਗ 'ਚ ਐਗਜ਼ੀਲਰੀ ਪੁਲਿਸ ਅਫਸਰ ਵਜੋਂ ਸ਼ਾਮਲ ਕੀਤਾ ਗਿਆ। ਉਧਰ ਸਿੱਖ ਆਫਿਸਰਸ ਐਸੋਸੀਏਸ਼ਨ ਨੇ ਗੁਰਸੋਚ ਕੌਰ ਦੀ ਨਿਯੁਕਤੀ ਦਾ ਸਵਾਗਤ ਕੀਤਾ। ਐਸੋਸੀਏਸ਼ਨ ਦੇ ਮੁਤਾਬਕ ਉਹਨਾਂ ਨੂੰ ਗੁਰਸੋਚ ਕੌਰ ਦੇ ਪੁਲਿਸ ਵਿਭਾਗ 'ਚ ਅਧਿਕਾਰੀ ਬਣਨ 'ਤੇ ਮਾਣ ਹੈ। ਦੂਜੇ ਪਾਸੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਟਵੀਟ ਕਰਕੇ ਗੁਰਸੋਚ ਕੌਰ ਦੀ ਨਿਯੁਕਤੀ 'ਤੇ ਵਧਾਈ ਦਿੱਤੀ ਹੈ। ਉਹਨਾਂ ਆਸ ਜਤਾਈ ਹੈ ਕਿ ਦਸਤਾਰਧਾਰੀ ਮਹਿਲਾ ਅਧਿਕਾਰੀ ਅਮਰੀਕਾ 'ਚ ਸਿੱਖੀ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਾਉਣ 'ਚ ਸਹਾਇਤਾ ਕਰੇਗੀ। ਪੁਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਜਿਹੜੀਆਂ ਘਟਨਾਵਾਂ 2010 'ਚ ਮੇਰੇ ਨਾਲ ਅਤੇ ਹੁਣੇ ਜੇ ਕੈਨੇਡਾ ਦੇ ਮੰਤਰੀ ਨਵਦੀਪ ਬੈਂਸ ਦੇ ਨਾਲ ਵਾਪਰੀਆਂ ਨੇ, ਉਹ ਮੁੜ ਨਹੀਂ ਵਾਪਰਨਗੀਆਂ। ਗੁਰਸੋਚ ਕੌਰ ਦੀ ਨਿਯੁਕਤੀ ਦੇ ਨਾਲ ਅਮਰੀਕਾ 'ਚ ਸਿੱਖਾਂ ਬਾਰੇ ਗਲਤ ਧਾਰਨਾਵਾਂ ਖਤਮ ਹੋ ਜਾਣਗੀਆਂ। ਸਿੱਖ ਤਾਂ ਇਕਸੁਰਤਾ ਦੇ ਸਫੀਰ ਨੇ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵੱਲੋਂ 2016 'ਚ ਸਿੱਖਾਂ ਨੂੰ ਸਾਬਤ ਸੂਰਤ ਰੂਪ 'ਚ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ ਦੇ ਪਿੱਛੋਂ ਕਈ ਸਿੱਖ ਅਫਸਰ ਭਰਤੀ ਹੋਏ ਸਨ ਅਤੇ ਹੁਣ ਪਹਿਲੀ ਦਸਤਾਰਧਾਰੀ ਮਹਿਲਾ ਦੇ ਭਰਤੀ ਹੋਣ 'ਤੇ ਤਮਾਮ ਸਿੱਖ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।